हेलो, सत श्री अकाल। होर की हाल चाल? वधिया वधिया, अपना बस ठीक आ। अच्छा, अज आना आ? चल आ जाओ आ जाओ आ जाओ। ये भी कोई पूछने वाली गल? नहीं, घरें ही आपां कित्थे जाना। चल आ जाओ, कोई नहीं, दस दिना मैं भाभी तेरी नूं। चल ठीक आ। प्रीत, 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 हाँ जी, हाँ मेरी गल सुन। जी, मणि तो सहज लगे हुण, तो तो कोई नहीं, मैं चाह पानी का कर ला इंतजाम। कोई नहीं, पहुंच कदों जा तक आओगे? अद्धे घंटे तक। कोई नहीं, मैं कर लेनी। आहो जा, कल गल सुन मेरी। हरमन आया नहीं अजे? नहीं, हरमन नहीं आया जी, पूरा फोन आया था कि थोड़ा टाइम लगना जी। आहो, काफी टाइम हो गया। चल कोई नहीं, बना ला फिर चाह कोई आने नहीं, वाले बना भी। लेनी। चंगा। आजा बैठा। और किदा? ठीक ठाक? वधिया वधिया, बस तुम दसो। घरे वधिया? सारे सारे वधिया। और किदा चलता काम कार? काम कर वधिया, 7-8 महीने हो गए वधिया चलन डिया। हुण थोड़ा जिहा तैनूं पता लॉकडाउन करके होया माड़ा जिहा। हुण तुसीं घरे ही होणा? हुण घरे ही, बस हुण गए ही नहीं हुंदा कितें। चल वधिया, आ गए उदा जिन्ना टाइम लग गया। चार ना है? चलो फिर करो गल बात, मैं आनी हूँ, भाभी लग जाती। और हर बंदा कितना बढ़िया बार दा? हर मंदी फाइल ते लग गई ही ते कुछ दस्या नहीं उन्होंने। अज उदा गया एजेंट कोल, अच्छा अज सवेर दा फोन कीता ही। इतने जलंधर क्या करता? नहीं, जलंधर ही। ठीक, चल कोई नहीं, भजूगा। आने वाला वा डिया, मैं उन्होंने डीकन डिया ਆਉਂਦਾ ਤੇ ਫਿਰ ਪੁੱਛਦਾ ਕੀ ਕਿਹਾ ਉਹਨੇ ਏਜੰਟ ਨੇ ਉਹਨੂੰ। ਆਹੋ ਪੁੱਛਦੇ ਆ ਕੀ ਗੱਲਬਾਤ ਹੋਈ ਆ, ਨਹੀਂ ਤੇ ਹੋਰ ਕੋਈ ਏਜੰਟ ਚੇਂਜ ਕਰਕੇ ਵੇਖ ਲੈਂਦੇ ਆ। ਏਜੰਟ ਹੁਣ ਕੀ ਚੇਂਜ ਕਰਨਾ ਵਾ, ਥੋੜੇ ਜਿਹੇ ਪੈਸੇ ਦਿੱਤੇ ਆ, ਮੈਂ ਕਿਹਾ ਚੱਲ ਗੱਲ ਬਣੀ ਜਾਵੇ ਉਹਦੀ। ਚੱਲ ਭੱਜ ਜੂਗੀ ਵਧੀਆ। ਆ ਜੇ ਆ ਜਾਂਦਾ ਵੀਜ਼ਾ ਤੇ ਚੱਲ ਪੈਸੇ ਦੇ ਕੇ ਜਿਹੜੇ ਬਾਕੀ ਰਹਿੰਦੇ ਆ ਤੇ ਕੰਮ ਕਰਾਵਾਂਗੇ, ਹੈ ਕਿ ਨਹੀਂ? ਲਾਈਫ ਸੈੱਟ ਹੋ ਜਾਏ ਉਹਦੀ ਵੀ। ਆਹੋ ਤੇ ਹੋਰ, ਹੁਣ ਆਉਂਦਾ ਤਾਂ ਲੱਗੂਗਾ ਪਤਾ। ਚਲੋ ਕੋਈ ਨਹੀਂ, ਆ ਹੀ ਜਾਣਾ। ਹਾਂ ਹੋਰ ਫਿਰ ਕਿੱਦਾਂ ਭਾਬੀ, ਹਰਮਨ ਦਾ ਲੱਗਾ ਕੁਛ ਪਤਾ? ਹਰਮਨ ਦਾ ਅਜੇ ਤੇ ਕੁਛ ਪਤਾ ਨਹੀਂ ਲੱਗਾ, ਗਿਆ ਹੈਗਾ ਵਾ ਅੱਜ ਜਲੰਧਰ। ਵੇਖੋ ਹੁਣ ਕੀ ਦੱਸਦਾ, ਆਉਣ ਹੀ ਵਾਲਾ ਉਦਾ। ਚਾਰਾ ਮੈਨੂੰ ਬੜੀ ਟੈਨਸ਼ਨ ਰਹਿੰਦੀ ਇਹਦੀ, ਵੀ ਕਿ ਪਾਸੇ ਲੱਗ ਜਾਏਗਾ। ਟੈਨਸ਼ਨ ਤੇ ਰਹਿੰਦੀ ਹੁਣ, ਲੱਗੇ ਤੇ ਤਾਂ ਹੀ ਨਾ ਗੱਲ ਬਣੇ ਤੇ ਤਾਂ ਹੀ ਨਾ ਜਾਂਦਾ ਤੇ ਵਿਚਾਰਾ ਫਿਰਦਾ ਰਹਿੰਦਾ ਮਗਰ ਮਗਰ। ਹੁਣ ਕੰਮ ਬਣਦੇ ਹੀ ਆ, ਜਦੋਂ ਦਾ ਕੰਮ ਅੜਿਆ ਉਹਦਾ ਬਣਿਆ ਹੀ ਨੀਗਾ। ਬਾਹਰ ਦੇ ਕੰਮ ਕਿਹੜੇ ਸੌਖੇ ਬਣ ਜਾਂਦੇ ਆ, ਪਤਾ ਹੀ ਆ। ਆਹੋ ਉਹ ਤਾਂ ਹੈ। ਨਹੀਂ ਵੇਖੋ ਹੁਣ ਤੇ ਥੋੜੀ ਬਹੁਤੀ ਆਸ ਹੈਗੀ ਬਣਦੀ,
ਚਲੋ ਵਧੀਆ ਬਣ ਜਾਏਗਾ ਮੈਨੂੰ ਤਾਂ ਇਹੀ ਹੁੰਦਾ ਚਲੋ ਉਹ ਵੀ ਸੈੱਟ ਹੋ ਜਾਏਗਾ ਆਹ ਵੀ ਚਲ ਸਾਰੇ ਆਪਣੇ ਆਪਣੇ ਕੰਮਾਂ 'ਤੇ ਸੈੱਟ ਹੋਣ ਤਾਂ ਵਧੀਆ ਉਹ ਵੀ ਨਾ ਕੋਈ ਨਹੀਂ ਬਣ ਜੂਗਾ ਤੁਸੀਂ ਨਾ ਟੈਨਸ਼ਨ ਲਿਆ ਕਰੋ ਉਹ ਤਾਂ ਆਈ ਆ ਵੀਰੇ ਦਾ ਕੰਮ ਸਹੀ ਚੱਲਦਾ ਹਾਂ ਬਾਕੀ ਵਧੀਆ ਚੱਲਣ ਡਿਆ ਵਾ ਬਸ ਉਹੀ ਦਾ ਹੀ ਆ ਥੋੜ੍ਹਾ ਜਿਹੜਿਆ ਬਾਕੀ ਤਾਂ ਸਹੀ ਹੀ ਆ ਸਾਰਾ ਕੰਮ ਚਲੋ ਆਪੇ ਬਣ ਜੂਗਾ ਹੌਲੀ ਹੌਲੀ ਹੋਰ ਟੈਨਸ਼ਨ ਲਿਆ ਕਿਹੜਾ ਬਣ ਜਾਣਾ ਕੰਮ ਉਹੀ ਨਾ ਅੱਬੀ ਹਾਂਜੀ ਬਹੁਤ ਸੋਹਣਾ ਸੈੱਟ ਲਿਆ ਕਿੱਥੋਂ ਲਿਆਂਦਾ ਆ ਇਹ ਕੱਲ ਨਿੱਕੀ ਬਟਾਲੇ ਲੈ ਕੇ ਆਇਆ ਇਹ ਬੜਾ ਪਸੰਦ ਮੈਂ ਆਇਆ ਮੈਨੂੰ ਵੀ ਇੱਕ ਮੰਗਵਾ ਦਿਓ ਕੋਈ ਨਹੀਂ ਮੰਗਵਾ ਦਿੰਦੇ ਹਾਂ ਸੋਹਣਾ ਲੱਗਦਾ ਨਾ ਕੱਲ ਹੀ ਜਿਹੜਾ ਵੀ ਆਇਆ ਅੱਛਾ ਅੱਛਾ ਮੈਂ ਤਾਂ ਆਪੇ ਨੂੰ ਕਹਿੰਦੀ ਸੀ ਬੜਾ ਸੋਹਣਾ ਵਾ ਨਹੀਂ ਬਹੁਤ ਸੋਹਣਾ ਮੈਨੂੰ ਤਾਂ ਬਹੁਤ ਪਸੰਦ ਆਇਆ ਹੈ ਵੀ ਕਰਕੇ ਲੈ ਲੈਂਤੀ ਚਾ ਚੱਲ ਆ ਜਾ ਉੱਥੇ ਡਰਾਇੰਗ ਰੂਮ 'ਚ ਬੈਨੇ ਆ ਇੱਥੇ ਠੀਕ ਆ ਕੋਈ ਨਹੀਂ ਆਲੇ ਲੈ ਲਾ ਚਾਹ ਪੀਣੀ ਚਾਹ ਪੀਣੀ ਨਾ ਮੈਂ ਪੀ ਮੈਂ ਹੁਣੇ ਪੀ ਗਿਆ ਟਿੱਕੀ ਜੇ ਤੁਹਾਡੇ ਅੱਗੇ ਅੱਗੇ ਛੱਡੀ ਆ ਚਾਹ ਇਹਨੇ ਚਾਹ ਬਹੁਤ ਘੱਟ ਪੀਂਦੇ ਆ ਅਸੀਂ ਤੇ ਚਾਹ ਪੀਣ ਵਾਲੇ ਬੰਦੇ ਆ ਇਹ ਘੱਟ ਪੀਂਦੀ ਆ ਉਹ ਲੈ ਹਰਮਨ ਆ ਗਿਆ ਜਪ੍ਰੀਤ ਦੂਆ ਖੋਲ ਗਿਆ ਈ ਭਾਬੀ ਭਾਜੀ ਘਰੇ ਆ ਕੋਈ ਪ੍ਰੋਬਲਮ ਨੀ ਹੈਗੀ ਚੱਕਰ ਇਹ ਆ ਵੀ ਹੁਣ ਥੋੜਾ ਜਿਹਾ ਨਾ ਉਹ ਖੜੇ ਪੈਰ ਆਪਾਂ ਨੂੰ ਪੈਸੇ ਦੇਣੇ ਪੈਣੇ ਆ ਕੀ ਮਤਲਬ ਤੇਰਾ ਮਤਲਬ ਇਦਾਂ ਕਿ ਉਹ ਕਹਿੰਦਾ ਵੀ 2 ਲੱਖ ਰੁਪਏ ਮੈਨੂੰ ਐਟ ਏ ਟਾਈਮ ਪਾਓ ਹੁਣੇ ਅੱਜ ਹਾਂਜੀ ਅੱਜ ਹੀ ਉਹ ਕਹਿੰਦਾ ਫਿਰ ਤੇਰਾ ਕਹਿੰਦਾ ਕੰਮ ਬਣ ਜਾਊਗਾ ਤੇ ਪਹਿਲੋਂ ਨੇ ਦੱਸਿਆ ਉਹਨੇ ਅੱਜ ਹੁਣ ਮੈਂ ਖੜੇ ਟਾਈਮ ਤੇ 2 ਲੱਖ ਰੁਪਏ ਕਿੱਥੋਂ ਪਾਦਾ ਮੇਰੇ ਤੇ ਟ੍ਰਾਂਜੈਕਸ਼ਨ ਵੀ 1 ਲੱਖ ਰੁਪਏ ਦੀ ਸਾਰੀ ਪਹਿਲਾਂ ਉਹਨੇ ਦੱਸਿਆ ਹੀ ਨਹੀਂ ਕੁਝ ਵੀ ਮੈਨੂੰ ਤੇ ਮੈਂ ਜਾਂ ਤੇ ਪਹਿਲੋਂ ਦੱਸੇ ਬਦਾਂ ਤੇ ਆਮ ਕਰ ਲੈ ਕੋਈ ਨਾ ਕੋਈ ਮੈਨੂੰ ਨਾ ਸਾਰੇ ਪੈਸੇ ਤੇ ਕੀਤੇ ਆਪਾਂ ਬਾਅਦ ਚ ਵੀ ਜੇ ਤੋਂ ਪਤਾ ਨਹੀਂ ਉਹਨੇ ਮੈਨੂੰ ਹੁਣ ਯਕਦਮ ਹੀ ਮੈਨੂੰ ਅੱਜ ਫੋਨ ਆਇਆ ਤਾਂ ਹੀ ਤਾਂ ਮੈਂ ਗਿਆ ਸੀ ਮੇਰਾ ਪਹਿਲਾਂ ਪਤਾ ਕਰ ਲੈਣਾ ਸੀ ਨਾ ਇਹ ਚੀਜ਼ ਦਾ ਪਤਾ ਤੇ ਕੀਤਾ ਉਦੋਂ ਦਾ ਬੰਦਾ ਵਾਕ ਪਿਆ ਚੱਲ ਕੋਈ ਨਹੀਂ ਜੇ ਫਿਰ ਕਹਿੰਦਾ ਤਾਂ ਕਰਨੇ ਪੈਣੇ ਆ ਫਿਰ ਕੀ ਕਰਨਾ ਦੇਣੇ ਪੈਣੇ ਉਹ ਭਾਜੀ ਨਹੀਂ ਤੇ ਉਹ ਕਹਿੰਦਾ ਕੰਮ ਕੰਮ ਨਹੀਂ ਬਣਦਾ ਚੱਲ ਪੈਸੇ ਦੀ ਕੋਈ ਗੱਲ ਨਹੀਂ ਅਰੇਂਜਮੈਂਟ ਹੋ ਜਾਊਗਾ ਕੰਮ ਬਣ ਜੇ ਹੋਰ ਕੀ ਚਾਹੀਦਾ ਸਾਨੂੰ ਮੇਰੇ ਤੇ ਅਕਾਊਂਟ 'ਚ ਹੈਗੇ ਪਰ ਹੁਣ ਲੱਖ ਕੀ ਆ ਟ੍ਰਾਂਸਫਰ ਤੁਹਾਡੇ ਹੈਗੇ ਅਕਾਊਂਟ 'ਚ ਭਾਜੀ ਹਾਂ ਮੇਰੇ ਤੇ ਹੈਗੇ ਕਿੰਨੇ ਦਾ ਹੈਗੇ ਤੂੰ ਦੱਸੋ ਕਿੰਨੇ ਚਾਹੀਦੇ ਆ ਚੱਲ 1 ਲੱਖ ਰੁਪਇਆ ਕਰ ਦਿਓ ਟ੍ਰਾਂਜੈਕਸ਼ਨ ਤੇ ਸਵੇਰੇ ਕਰ ਦੂੰਗਾ ਮੈਂ ਤੁਹਾਨੂੰ ਚਲੋ ਅਕਾਊਂਟ ਨੰਬਰ ਦੇ ਦਿਓ ਮੈਨੂੰ ਆਹੋ ਉਹਦਾ ਨੰਬਰ ਹੁਣਾ ਵਾ ਮੈਂ ਆ ਫੜੀ ਮੇਰਾ ਫੋਨ ਇੱਥੋਂ ਅੰਦਰੋਂ ਹੈਗਾ ਭਾਜੀ ਮੇਰੇ ਕੋਲ ਆ ਦੇਖੋ ਚੱਲ ਕਰ ਦੇ ਮੈਨੂੰ ਲਿਖਾਈ ਉਹ ਮੇਰਾ ਫੋਨ ਤਾਂ ਫੜੀ ਮੈਂ ਉੱਤੋਂ ਕਰ ਦਿੰਦਾ ਆ ਲਿਖ ਲਓ ਨੰਬਰ ਬੋਲੋ ਆਲੋ ਆ ਲਿਖ ਲਓ ਉੱਤੇ ਆਲੋ ਭਾਜੀ ਲਾ ਕਰਦਾ ਆ 25-25 ਕਰਕੇ ਕਰ ਦਿਓ ਮੇਰੇ ਹੋ ਜਾਂਦਾ 50-50 ਕਰਕੇ ਅੱਛਾ ਚੱਲ ਹੁਣ ਉਹਨੂੰ ਕਹਿ ਦੇਈਂ ਕਿ ਕੰਮ ਬਣਨਾ ਚਾਹੀਦਾ ਪੈਸੇ ਤੁਹਾਨੂੰ ਪਾ ਦਿੰਨੇ ਹੋਣੇ ਹਾਂਜੀ ਭਾਈ ਨਹੀਂ ਤੇ ਇੱਕ ਵਾਰ ਦੀ ਆਪ ਗੱਲ ਕਰ ਲਿਓ ਨਾ ਏਜੰਟ ਤੁਸੀਂ ਇਦਾਂ ਕਰੋ ਤੁਹਾਡੇ ਕੋਲ ਨੰਬਰ ਹੈਗਾ ਹੀ ਹੈ ਤੁਸੀਂ ਇੱਕ ਵਾਰੀ ਫੋਨ ਕਰ ਲਓ ਉਹਨਾਂ ਨੂੰ ਆ ਕਰ ਤੇ 1 ਲੱਖ ਰੁਪਿਆ ਉਹਨੂੰ ਪੁੱਛ ਲਾ ਮਾੜਾ ਜਾ ਕੇ ਕਿ ਨਹੀਂ ਹੈਗੇ ਕਰੋ ਭਾਜੀ ਫੋਨ ਉਹਨਾਂ ਨੂੰ ਬਾਹਰ ਰੁਕ ਜਾ ਇੱਕ ਟ੍ਰਾਂਜੈਕਸ਼ਨ ਰਹਿ ਗਈ
ਬੰਦਾ ਪਹਿਲੋਂ ਦੱਸਦਾ ਕਰੇ ਨਾ ਜੇ ਮੈਂ ਨਾ ਆਉਂਦਾ ਤਾਂ ਫਿਰ ਚੱਲ ਹੁਣ ਤਾਂ ਭਾਈਆ ਬੈਠਾ ਵਾ ਇੱਥੇ ਤਾਂ ਉਹਦੇ ਕੋਲ ਕਰਾ ਲਏ ਆ ਹੁਣ ਐਟ ਏ ਟਾਈਮ ਤੇ ਮੰਗਣੇ ਕਿਹਦੇ ਕੋਲ ਭਾਜੀ ਪਤਾ ਨਹੀਂ ਖੜੇ ਪੈ ਰਹੇ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਆਓ ਤੁਹਾਨੂੰ ਕੰਮ ਵਾ ਜ਼ਰੂਰੀ ਤੁਹਾਨੂੰ ਦੱਸਣਾ ਕੁਛ ਅਤੇ ਜਦੋਂ ਗਿਆ ਮੈਂ ਉੱਥੇ ਤਾਂ ਉੱਥੇ ਜਾ ਕੇ ਉਹਨਾਂ ਨੇ ਸਿੱਧਾ ਹੀ ਇਹ ਕਿਹਾ ਵੀ ਅੱਜ ਜੇ ਤੁਸੀਂ ਪੈਸੇ ਪਾ ਦੂੰਗੇ ਤਾਂ ਫਿਰ ਤੁਹਾਡਾ ਕੰਮ ਬਣਨਾ ਏਜੰਟ ਇੱਦਾਂ ਹੀ ਕਰਦੇ ਰਹਿੰਦੇ ਆ ਜੇ ਨਹੀਂ ਪਾਉਂਗੇ ਤਾਂ ਨਹੀਂ ਬਣਨਾ ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਪਹੁੰਚ ਗਏ ਪੈਸੇ ਹੋਣੇ ਪਾਏ ਤਾਂ ਤੁਸੀਂ ਪਹਿਲਾਂ ਦੱਸ ਦਿਆ ਕਰੋ ਮਾੜਾ ਜਿਹਾ ਹੁਣ ਐਟ ਏ ਟਾਈਮ 'ਤੇ ਤੁਹਾਨੂੰ ਪਤਾ ਇੰਤਜ਼ਾਮ ਕਰਨਾ ਕਿੰਨਾ ਔਖਾ ਹੁੰਦਾ ਪੈਸਿਆਂ ਦਾ ਚਲੋ ਕੋਈ ਨਹੀਂ ਹੁਣ ਪਾ ਤੇ ਹੁਣ ਕੰਮ ਬਣਨਾ ਚਾਹੀਦਾ ਮੁੰਡੇ ਦਾ ਚਲੋ ਠੀਕ ਆ ਚੱਲ ਆ ਵੀ ਚੰਗਾ ਆਇਆ ਭਰਾਵਾ ਇਹ ਆਇਆ ਨਹੀਂ ਤਾਂ ਪੈਸੇ ਕਿਹਦੇ ਕੋਲ ਲੈਣੇ ਸੀ ਹਾਂਜੀ ਚਲੋ ਕੋਈ ਨਹੀਂ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰੀ ਮੈਂ ਕੱਲ੍ਹ ਨੂੰ ਕਰ ਦੂੰਗਾ ਹੈ ਕੋਈ ਨਹੀਂ ਕੋਈ ਨਹੀਂ ਜਦੋਂ ਮਰਜ਼ੀ ਕਰਦੀ ਆਹੋ ਕੋਈ ਚੱਕਰ ਨਹੀਂ ਬਾਕੀ ਤੇਰਾ ਵੀ ਭਰਾਵਾ ਕੰਮ ਬੰਦ ਆ ਆਹੋ ਮੇਰਾ ਇਹ ਕੰਮ ਚੱਲਦਾ ਹੋਵੇ ਤਾਂ ਚਲੋ ਚੱਲੀ ਜਾਂਦਾ ਹਨਾ ਸਹੀ ਗੱਲ ਆ ਲੋਕਡਾਊਨ ਨੇ ਬਹੁਤਾ ਕੰਮ ਖਰਾਬ ਕੀਤਾ ਆਹੋ ਚੱਲ ਕੋਈ ਨਹੀਂ ਉਦਾਂ ਮੇਰਾ ਤਾਂ ਚੱਲਣ ਡਿਆ ਕੰਮ ਮੇਰੀ ਤਨਖਾਹ ਚੱਲੀ ਬਣੀ ਫਿਰ ਆਪਾਂ ਗਾਹ ਜਾਣਾ ਫਿਰ ਕੰਮ ਬਹਿ ਜਾਓ ਨਹੀਂ ਮੈਂ ਗਾਹ ਜਾਣਾ ਯਾਰ ਦੋਸਤ ਕੋ ਥੋੜਾ ਕੰਮ ਹੀ ਉਹਦੇ ਨਾਲ ਮੈਂ ਚੱਲ ਨੰਗਦਾ ਤੁਹਾਡੇ ਵੱਲ ਹੋ ਜਾਂਦਾ ਚਲੋ ਹਰਮਨ ਆਇਆ 10 ਮਿੰਟ ਬਹਿ ਜਾਂਦੇ 10 ਮਿੰਟ ਬਹਿ ਜਾਓ ਫਿਰ ਚਲੋ ਕੋਈ ਨਹੀਂ ਮੈਂ ਨਾ ਆਉਂਦਿਆ ਨਹੀਂ ਨਾ ਆ ਜਾਾਂਗੇ ਇੱਕ ਵਾਰੀ ਮਿਲ ਜਾਾਂਗੇ ਹੁਣ ਜਾ ਕੇ ਡੀਕਣ ਡਿਆ ਉਹ ਚਲੋ ਫਿਰ ਹਨਾ ਆਉਂਦਿਆ ਕੋਈ ਨਹੀਂ ਫੇਰਾ ਮਾਰ ਲਾਂਗੇ ਫਿਰ ਇੱਕ ਵਾਰੀ ਚੱਲ ਵੇਖ ਲਓ ਫਿਰ ਮਰਜ਼ੀ ਤੁਹਾਡੀ ਨਹੀਂ ਉਹ ਡੀਕਣ ਡਿਆ ਫਿਰ ਟਾਈਮ ਦਿੱਤਾ ਉਹਨੂੰ ਵੀ ਆਹ 3:30 ਤੇ ਹੋ ਗਏ ਇੱਥੇ ਭਾਜੀ ਹਾਂ ਗੱਲ ਕਰਨੀ ਸੀ ਇੱਕ ਹਾਂ ਦੱਸ ਏਜੰਟ ਦਾ ਫੋਨ ਆਇਆ ਸੀ ਹੁਣੇ ਅਤੇ ਉਹ ਕਹਿਣ ਦਿਆ ਵਾ ਆਪਣੇ 50,000 ਰੁਪਇਆ ਤੁਹਾਨੂੰ ਹੋਰ ਪਾਉਣਾ ਪੈਣਾ ਵਾ 50,000 ਹੋਰ ਹਾਂਜੀ ਹੱਦ ਗੰਢ ਆ ਯਾਰ ਏਜੰਟ ਤੇਰਾ ਕੀ ਗੱਲ ਹੋਣ ਗਈ ਹੋਈ ਆ ਗੱਲ ਇੱਦਾਂ ਵਾ ਉਹ ਕਹਿੰਦਾ ਵਾ ਵੀ ਥੋੜ੍ਹਾ ਨਾ ਪੇਪਰ ਚੇਂਜ ਹੋਏ ਆ ਪੇਪਰਾਂ ਦੇ ਵਿੱਚ ਨਾ ਥੋੜ੍ਹੀ ਜਿਹੀ ਜਿੱਦਾਂ ਮਿਸਟੇਕ ਹੋ ਗਈ ਆ ਉਹ ਕਹਿੰਦਾ ਚੇਂਜ ਕਰਨੇ ਪੈਣੇ ਆਪਾਂ ਨੂੰ ਤਾਂ ਕਰਕੇ ਉਹ ਕਹਿੰਦਾ ਵੀ ਪੈਸੇ ਲੱਗਣੇ ਆ ਉਹਦੇ ਵਿੱਚ ਅਤੇ ਤੁਹਾਨੂੰ 50,000 ਰੁਪਇਆ ਕਹਿੰਦਾ ਪਾਉਣਾ ਪੈਣਾ ਹੁਣ ਵੇਖ ਲਾ ਚੰਗੀ ਤਰ੍ਹਾਂ ਪੁੱਛ ਲਾ ਮੈਨੂੰ ਤਾਂ ਲੱਗਦਾ ਏਜੰਟ ਤੇਰਾ ਉਦਾਂ ਹੀ ਠੱਗ ਜਾ ਨਹੀਂ ਭਾਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰੇ ਜਿੰਨੇ ਯਾਰ ਦੋਸਤ ਗਏ ਸਾਰੇ ਉਹਦੇ ਥਰੂ ਹੀ ਗਏ ਆ ਕੋਈ ਗੱਲ ਨਹੀਂ ਇੱਦਾਂ ਦੀ ਕੋਈ ਯਕੀਨ ਵਾਲਾ ਬੰਦਾ ਵਾ ਜੇ ਕੱਲ੍ਹ ਉਹਨੂੰ 2 ਲੱਖ ਰੁਪਇਆ ਪਾਇਆ ਨਹੀਂ ਪਾਇਆ ਤਾਂ ਮੈਂ ਤੁਹਾਡੀ ਗੱਲ ਮੰਨਦਾ ਪਰ ਹੁਣ ਇਹ ਵੀ ਜ਼ਰੂਰੀ ਹੈ ਨਾ ਜਿੱਥੇ ਆਪਾਂ 2 ਲੱਖ ਪਾਇਆ ਉੱਥੇ ਚੱਲ 50,000 ਨਾ ਕੀ ਹੁੰਦਾ 50,000 ਹੋਰ ਸਹੀ ਹੁਣ ਮੈਂ ਤਾਂ ਕੱਲ੍ਹ 1 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਮਾਰੀ ਆ ਤਾਂ ਬੈਂਕ ਦੇ ਵਿੱਚ ਰਹਿ ਵੀ ਥੋੜ੍ਹੇ ਜਾਣੇ ਫਿਰ ਜੇ ਹੋਰ 50 ਦੀ ਮਾਰਤੀ ਤੁਸੀਂ ਇੱਦਾਂ ਕਰੋ ਤੁਸੀਂ ਸਹਿਜ ਭਾਈ ਨੂੰ ਪੁੱਛ ਲਓ ਮਾੜਾ ਜਿਹਾ ਹੁਣ ਦੇਣੇ ਤਾਂ ਪੈਣੇ ਹੀ ਆ ਜੇ ਆਪਾਂ ਨਾ ਦਿੱਤੇ ਤਾਂ ਕੰਮ ਖਰਾਬ ਹੋਣਾ ਤੁਹਾਨੂੰ ਵੀ ਪਤਾ ਇਹ ਚੀਜ਼ ਦਾ ਯਾਰ ਉਹਦੇ ਕੋਲ ਵੀ ਮੰਗਣ ਲੱਗਿਆ ਹੁਣ ਸ਼ਰਮ ਆਉਂਦੀ ਆ ਉਹ ਮਨਾ ਤਾਂ ਤੈਨੂੰ ਪਤਾ ਕਰਦਾ ਨਹੀਂ ਨਹੀਂ ਉਹ ਮਨਾ ਨਹੀਂ ਕਰਦੇ ਕੋਈ ਨਹੀਂ ਤੁਸੀਂ ਕਰੋ ਸਹੀ ਗੱਲ ਕਰੋ ਫੋਨ ਮੇਰੇ ਸਾਹਮਣੇ ਚੱਲ ਪੁੱਛ ਦੇਣੇ ਤਾਂ ਪੈਣੇ ਹੀ ਆਪਾਂ ਨੂੰ ਚੱਲ ਮੈਂ ਕਰਦਾ ਫੋਨ ਸਹਿਜ ਨੂੰ ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਸੁਣਾਓ ਵਧੀਆ ਠੀਕ ਠਾਕ ਹਾਂਜੀ ਵਧੀਆ ਵਧੀਆ ਆਪਣਾ ਵੀ ਠੀਕ ਠਾਕ ਆ ਉਹ ਯਾਰ ਕੰਮ ਪੈ ਗਿਆ ਫੇਰ ਇੱਕ ਨਿਗਾ ਜਿਹਾ ਕੰਮ ਇਹ ਹੀ ਉਹ ਰੁਪਈਆ 50,000 ਚਾਹੀਦਾ ਆਪਾਂ ਨੂੰ ਚੱਲ ਹੁਣ ਮੈਂ ਇਕੱਠੇ ਹੀ ਕਰ ਦੂੰਗਾ ਮਹੀਨੇ ਦੇ ਐਂਡ ਵਿੱਚ 1.5 ਲੱਖ ਰੁਪਈਆ ਇਕੱਠਾ ਹੀ ਟ੍ਰਾਂਜੈਕਸ਼ਨ ਕਰ ਦੂੰਗਾ ਅਤੇ 50,000 ਰੁਪਈਆ ਵੀਰ ਮੇਰਾ ਇੱਦਾਂ ਕਰ ਹੋਰ ਕਰ ਦੇ ਚੱਲ ਉਹਦਾ ਖਰਚੇ ਵਰਚੇ ਜੋਗੇ ਹੈਗੇ ਨਾ ਤੇਰੇ ਕੋਲ ਚੱਲ ਜੇ 15-20,000 ਤੇਰੇ ਅਕਾਊਂਟ 'ਚ ਹੈਗਾ ਤਾਂ ਚੱਲ 50 ਕਰ ਦੇ ਅਤੇ ਥੋੜ੍ਹਾ ਜਿਹਾ ਸਾਰ ਲਾ ਕੰਮ ਅਤੇ ਆਹ ਮਹੀਨੇ ਦੇ ਐਂਡ 'ਚ ਤੇਰੇ ਆਪਾਂ ਸਾਰੇ ਪੈਸੇ ਮੋੜ ਦੇਣੇ ਆ ਨਾਲ ਹੀ ਪੇਮੈਂਟ ਆ ਗਈ ਆਪਣੀ ਜਦੋਂ ਚੱਲ ਕਰ ਦੇ ਵੀਰ ਮੇਰਾ ਓਕੇ ਭਾਅ ਜੀ ਚੱਲ ਹੈ ਆਦ ਭਾਈ ਆਪਣਾ ਚੰਗਾ ਇੱਕੋ ਵਾਰ ਕਹਿਣ 'ਤੇ ਮੰਨ ਜਾਂਦਾ ਕਹਿੰਦਾ ਮੈਂ ਕਰ ਦਿੰਦਾ ਹੁਣੇ ਟ੍ਰਾਂਜੈਕਸ਼ਨ ਹੈ ਨੰਬਰ ਤਾਂ ਉਹਦੇ ਕੋਲ ਉਦੋਂ ਦਾ ਹੈਗਾ ਸੀ ਹਾਂਜੀ ਹਾਂਜੀ ਤੂੰ ਆਪਣਾ ਉਹਨੂੰ ਫੋਨ ਲਾ ਕੇ ਕਹਿ ਦੇ ਕਿ ਹੁਣੇ ਹੋ ਜਾਂਦੇ ਟ੍ਰਾਂਜੈਕਸ਼ਨ ਅਤੇ ਕੰਮ ਉਹਨੂੰ ਕਹਿ ਦੇ ਕਿ ਬਣਨਾ ਚਾਹੀਦਾ ਆ ਹਾਂਜੀ ਹਾਂਜੀ ਕੰਮ ਵੱਲੋਂ ਨਾ ਤੁਸੀਂ ਟੈਨਸ਼ਨ ਲਓ ਹੁਣ ਵਿਹਲਾ ਤੇਰੇ ਸਾਹਮਣੇ ਪੈਸੇ ਵੀ ਡਿਆ ਫੜਨਾ ਨਹੀਂ ਨਹੀਂ ਕੰਮ ਵੱਲੋਂ ਨਹੀਂ ਕੋਈ ਚੱਕਰ ਹੈਗਾ ਉਹ ਕਹਿੰਦਾ ਕੋਈ ਨਹੀਂ ਕੰਮ ਬਣਾ ਕੇ ਰੱਖੂੰਗਾ ਕਹਿੰਦਾ ਤੇਰਾ ਮੈਂ ਟੈਨਸ਼ਨ ਨਾ ਲੈ ਕਹਿੰਦਾ ਕੋਈ ਨਹੀਂ ਮੈਂ ਕਰ ਦਿੰਦਾ ਹੁਣ ਕਰ ਲਾ ਫਿਰ ਗੱਲ ਹਾਂਜੀ ਹੋ
आ गए भाजी? हाँ आ गया। बड़ी लेट आए। और की बंदा? कुछ नहीं बस बैठे ही। मैं कहा भी वो एजेंट का फोन आया ही। की कहता एजेंट? एजेंट कहता ही वो तो फोन तो शाम का ही आया वा। हाँ वो कहता हैगा भी वो हुण एक महीना ट्रांजैक्शन ना करे कोई उहदे विचों अकाउंट चो। हाँ जी की होया? वो कहता जिहड़े जिहड़े अकाउंट दे विच जिद्दां पे आ ना फंड वगैरह कहता शो करने आ। यार मैं तो सहज नूं पैसे सेंड करने ही। पैसे हुण चलो कोई नहीं करदा ही बंदा अपने। मेरी गल सुनो, वो अगला की सोचूगा भावें करदा ही आ। हाँ जी पर वो हुण गल इह वी आ ना शो भी करने पैणे ना। कितें कह के लै ते लै आ पर हुण इदां किन्ना क टाइम टपाई जाओगे? तुसीं आप ही सियाणे आ। आहो अगे दो महीने लंघ गए आ ते मैनूं तां आप ही हुण चंगे नहीं लगी दादा। चल कोई नहीं उदा मैं हुण उहनूं सवेरे फोन कर ते उहनूं फोन करके दस दूंगा। कोई नहीं उदा उन्हें की कहना है उदा तो रलिया मिलया ही अपना घर का बंदा। नहीं है पर अगला मनी ना तो गल करूगा ही ना। नहीं करता इदा का नहीं है वो कोई गल नहीं तू ना फिक्र कर। पैसा तो लैन देन बनया ही हूँ है कि नहीं? ये तो है पर हूँ काम भी जरूरी है ना। आहो तो होर की चल चल जूगा तो बाद चलो दे देंगे कोई गल नहीं। चल जा तू रोटी लै गया खा ली रोटी तू। चलो जाओ लियाओ फिर रोटी खा ली। अरमन मैं खा ली भाजी। की डिया चलन है टीवी चाहिए? कुछ नहीं उदा ही बस माड़ा मोटा तुम पता ही है टाइम पास जहा करी जाइए हूँ तो टीवी टूवी तो की देखना वा बहर जाके तो हूँ कम करा फिर। हाँ चल भरा चल जाए चंगी गल अपनी वाह तो पूरा जोर डिया लाने मैं भी। वो तो है पर उदा एक गल वा बंदा भाजी यकीन आला जे। चल जे यकीन आला तो ही तो पैसे दिते सू क्योंकि हूँ किन्ने मुंडे गए ना तेरे यार दोस्त गए होंगे ना वो दो तीन जे गए बहर तो मैं कभी भी नहीं देने पैसे तेरे भरोसे देन डाया मैं। नहीं तू क्या भरोसे लाएगा तो मैं ता ही देन डाया पैसे। नहीं कोई गल ही नहीं भाजी बंदा बहुत वधिया पता किया ही मैं उदा लागे छागे भी। अच्छा जेडे नाल दे ऑफिस वा ना उतो पता किया कहते वधिया वैसे तो। चल वधिया भरा हाँ जो गल बड़ ले गया मेरी गल सुनी चंगा भांडे रख के आओ। हाँ जी दसो तू करना है फोन विक्की नू पैसे वालों 15,000 मेरे अकाउंट चो 5,000 रह गया वा हूँ किन्ना का मर मर खर्चे करा मैं तेन पता काम मेरा उदर नहीं चलन दिया महीने का क्या ही उन्हें दो महीने तो उत्ते हो गए आ। कोई नहीं मैं अज करके फोन पुछ दी हां तुम आप गल कर लेंदे। मैं कातों गल करा उन्हें इको ही मंगे वेला मैं उसले पाते आ दोहरे मंगे फिर पाते मैं बंदे नूं अपने आप माड़ा मोटा चाहिए भी अगले का भी घर खर्चा चलना वा कितों करा मैं इन्हें हूँ। चल कोई गल नहीं टेंशन ना लो मैं उन्हें कर दी हाँ गल अज पुछ दी हाँ पुछ उन्होंने चंगी तरह कह मैं पैसे चाहिए लोड है सही ठीक इदा थोड़ी हूँ बंद अरेजमेंट होना चलो कोई नहीं पा ही दूगा पैसे लैके तो बंदा भुल ही जाता वा। नहीं भुलना कातों वा कोई नहीं मैं कहनी मैं करके फोन उन्होंने फिर पुछदी हाँ मेरी गल सुनो उन्होंने भी टेंशन हैगी पैसे देने की कोई नहीं आपे दे दूंगा हूँ आऊंगा मंगा तो उन्हें की कहना कि इन्होंने एड्डी छेती लग गई है। यार एड्डी छेती है दो महीने हो गए तो महीने का करार किया कोई गल नहीं दे दूंगा आपे मंगते आप भी नहीं ना चंगे लगते एड्डी छेती। चल कोई नहीं और दस दिन डीक लें कोई नहीं वेट कर लें आप कोई नहीं सहज आप थोड़ी वेट कर लें तो हो सकता वह पा ही दे पैसे। चल कोई नहीं हेलो सासिकार हेलो वधिया वधिया तुम दसो। हाँ जी हाँ जी दसो अच्छ डीकना की भरावा पैसे मेरे अकाउंट थोड़े रह गए 5,000 रुपया रह गया सारा ओ नहीं नहीं पैसे ना पाई कोई नहीं महीना कर लेने वेट फिर ठीक है ठीक है ठीक है।
ਲੈ ਕਹਿੰਦਾ 1 ਮਹੀਨਾ ਹੋਰ ਵੇਟ ਕਰੋ ਤੇ ਚੱਲ ਕਰ ਲੋ ਕੋਈ ਯਾਰ ਮਣੀ 3 ਮਹੀਨੇ ਹੋ ਗਏ ਯਾਰ ਮੈਂ ਪੈਸੇ ਦਿੱਤੇ ਕਿਸੇ ਨੂੰ ਤੇ ਕੋਈ ਹੋਊਗੀ ਪ੍ਰੋਬਲਮ ਮਜਬੂਰੀ ਹੋਊਗੀ ਇਹ ਚ ਕਾਦੀ ਪ੍ਰੋਬਲਮ ਹੈ ਜਦੋਂ ਕੋਈ ਪੈਸੇ ਲੈ ਬੰਦਾ ਵਾਪਸ ਕਰਿਓ ਅਗਲੇ ਨੂੰ ਨਹੀਂ ਦੱਸ ਲੋੜ ਪੈਂਦੀ 1 ਮਹੀਨਾ ਹੋਰ ਕਿੱਦਾਂ ਕੱਢਣਾ 5000 ਨਾ ਮੈਂ ਕੋਈ 5000 ਨਾ ਮੈਂ ਘਰ ਤੋਰਾਂ ਹੁਣ ਕੱਢ ਲਾਂਗੇ ਹੁਣ ਦਿੱਤੇ ਪੈਸੇ ਹੁਣ ਮੈਂ ਉਹਨੂੰ ਕਿਹਾ ਜ਼ੋਰ ਪਾ ਕੇ ਰਹਿ ਸਕਦੇ ਅਗਲੇ ਨੇ ਕਹਿਣਾ ਏਡੀ ਛੇਤੀ ਉਹਨਾਂ ਨੂੰ ਲੱਗ ਗਈ ਆ ਯਾਰ ਏਡੀ ਛੇਤੀ ਦੱਸ ਚੱਲ ਕੋਈ ਨਹੀਂ 1 ਮਹੀਨਾ ਕਰ ਉਹਨੂੰ ਵੀ ਪਤਾ ਮੇਰਾ ਕੰਮ ਬੰਦ ਹੋਇਆ ਵਾ ਮੈਂ ਕਰਾਂ ਫਿਰ ਹੁਣ ਨਾ ਮੇਰਾ ਕੰਮ ਤੁਰਨ ਡਿਆ ਕੋਈ ਹੱਦ ਹੁੰਦੀ ਯਾਰ ਚੱਲ ਕੋਈ ਗੱਲ ਜਾ ਕੰਮ ਕਰ ਆਪਣਾ ਤੂੰ ਸਹਿਜ ਸਹਿਜ ਸੌ ਗਿਆ ਮੈਂ ਕੀ ਕਹਿਣ ਡੀ ਮੇਰੀ ਗੱਲ ਸੁਣੋ ਸਵੇਰੇ ਚੱਲੀਏ ਗੇੜਾ ਮਾਰ ਕੇ ਆਈਏ ਸਵੇਰੇ ਵਿੱਕੀ ਹੁਣਾਂ ਕੋਲ ਉਹ ਜਾ ਮੈਂ ਨਹੀਂ ਜਾਣਾ ਕਿਤੇ ਵੀ ਕਿਉਂ ਹੁਣ ਕਿਉਂ ਗਿਆ ਪੈਸੇ ਦੇ ਮੁੰਡੇ ਨਹੀਂ ਕਿਹੜੇ ਮੁੰਡੇ ਜਾਵਾਂ ਉੱਥੇ ਮੈਂ ਤੇ ਪੈਸੇ ਮੋੜ ਦੂਗਾ ਮੋੜਨੇ ਕਦੋਂ ਆ ਕਿੰਨਾ ਟਾਈਮ ਹੋ ਗਿਆ ਉਹਦੇ ਹਰਮਨ ਵੀ ਬਾਹਰ ਚਲ ਗਿਆ ਵਾ ਦੇਣੇ ਕਦੋਂ ਉਹਨੇ ਉਹ ਵੀ ਕੋਈ ਨਾ ਕੋਈ ਕਮਾਉਣ ਹੀ ਡਿਆ ਉੱਥੇ ਨਹੀਂ ਕੰਮ ਸੈੱਟ ਆਇਆ ਹੋਣਾ ਉਹਦਾ ਤਾਂ ਹੀ ਆ ਆ ਤੂੰ ਤੇ ਉਧਰ ਦੀ ਗੱਲ ਕਰੀ ਚੰਗਾ ਆ ਕਾਰ ਫੋਨ ਉਹਨੂੰ ਪੁੱਛ ਹੁਣੇ ਸਾਹਮਣੇ ਪੁੱਛ ਮੇਰੇ ਹੱਦ ਹੁੰਦੀ ਆ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਹਾਂ ਵਧੀਆ ਠੀਕ ਠਾਕ ਤੁਸੀਂ ਦੱਸੋ ਹਾਂ ਆਪਣਾ ਵੀ ਵਧੀਆ ਸਹਿਜ ਵੀ ਠੀਕ ਵਧੀਆ ਸਾਰੇ ਹਾਂਜੀ ਅਤੇ ਮੈਂ ਪੁੱਛਣਾ ਸੀ ਤੁਹਾਨੂੰ ਕਿ ਹੁਣ ਤਾਂ ਬਹੁਤ ਟਾਈਮ ਹੋ ਗਿਆ ਆ ਪੈਸਿਆਂ ਦਾ ਨਹੀਂ ਕੁਛ ਹੋਇਆ ਹੈਗਾ ਅਰੇਂਜਮੈਂਟ ਨਹੀਂ ਨਾ ਫਿਰ ਤੁਸੀਂ ਕਰ ਦਿਓ ਨਾ ਫਿਰ ਇੱਦਾਂ ਹਾਂ ਕਿਉਂਕਿ ਹੁਣ ਇੱਦਾਂ ਘਰ ਵੀ ਕਿੰਨਾ ਖਰਚਾ ਆ ਤਾਂ ਕਰਕੇ ਫਿਰ ਸਹਿਜ ਦਾ ਵੀ ਕੰਮ ਥੋੜ੍ਹਾ ਡਾਊਨ ਹੋਇਆ ਆ ਆਹੋ ਉਹ ਤਾਂ ਆਈ ਆ ਨਹੀਂ ਤੁਸੀਂ ਕਿਸੇ ਤਰ੍ਹਾਂ ਵੀ ਕਰਕੇ ਨਾ ਪੈਸਿਆਂ ਦਾ ਅਰੇਂਜਮੈਂਟ ਕਰ ਦਿਓ ਹਾਂ ਚੱਲ ਫਿਰ ਮੈਨੂੰ ਫੋਨ ਕਰਕੇ ਦੱਸਿਓ ਚਲੋ ਠੀਕ ਆ ਠੀਕ ਓਕੇ ਕੀ ਕਹਿੰਦਾ ਕਹਿੰਦਾ ਵਾ ਕਿ ਹਰਮਨ ਨੂੰ ਕੰਮ ਵੀ ਨਹੀਂ ਮਿਲਿਆ ਹੈਗਾ ਅਜੇ ਤੱਕ ਉੱਥੇ ਯਾਰ ਇਹ 'ਚ ਮੇਰੀ ਕੀ ਗਲਤੀ ਨਹੀਂ ਉਹਨੂੰ ਕੰਮ ਮਿਲਿਆ ਤੇ ਬੰਦੇ ਪੈਸੇ ਤੇ ਮੁੜੇ ਜੀ ਤੇ ਲਏ ਆ ਹੱਦ ਹੁੰਦੀ ਮਣੀ ਮੈਂ ਫੋਨ ਕਰਕੇ ਦੱਸ ਦਿੰਦਾ ਵਾਂ ਸ਼ਾਮ ਨੂੰ ਆਪਣੇ ਅਕਾਊਂਟ 'ਚੋਂ ਪੈਸੇ ਲਾਉਣੇ ਨਹੀਂ ਆ ਤੇ ਦੂਜਿਆਂ ਨੂੰ ਕਹਿ ਕੇ ਵਰਤੀ ਜਾਣੇ ਉਹਨਾਂ ਦੇ ਹੁਣ ਮੈਂ ਦੇਖੋ ਇੱਕ ਵਾਰੀ ਕਹਿਣ ਤੇ ਸੈਂਡ ਕਰਤੇ ਆ ਪਹਿਲੋਂ 1 ਦਿਨ ਆਉਂਦਾ ਸੀ ਫਿਰ ਮਹੀਨਾ ਹੋ ਗਿਆ ਫਿਰ 2 ਮਹੀਨੇ ਹੋ ਗਏ ਹੁਣ 6 ਮਹੀਨੇ ਹੋ ਗਏ ਆ ਹਰਮਨ ਵੀ ਬਾਹਰ ਚਲ ਗਿਆ ਹੁਣ ਤੇ ਬੰਦਾ ਪੈਸੇ ਮੋੜ ਦੇ ਮੈਂ ਤਾਂ ਹੁਣ ਫੋਨ ਕਰਤਾ ਇਹਨਾਂ ਦੇ ਕਿਸੇ ਨੂੰ ਬਗਾਨੇ ਨੂੰ ਦਿੱਤੇ ਹੁਣ ਦੋਨੇ ਮੁਸ਼ਰਮ ਦੇ ਮਾਰੇ ਮੋੜ ਦੇਣਾ ਸੀ ਨਾ ਮੈਨੂੰ ਕਹੀਂ ਤੇ ਨਾ ਮੈਂ ਉੱਥੇ ਵੜਨਾ ਹੀ ਹੁਣ ਆਪਣੇ ਘਰ ਲੜਾਈ ਨਾ ਪਾਈ ਨਾ ਮੈਂ ਜਾਣਾ ਉੱਥੇ ਤੇ ਨਾ ਮੈਨੂੰ ਵਾਰ ਵਾਰ ਇੱਕੋ ਗੱਲ ਕਹੀ ਹੁਣ ਹੱਦ ਹੁੰਦੀ ਯਾਰ ਜਿੱਦਣ ਪੈਸੇ ਮੋੜੂਗਾ ਨਾ ਉਦਣ ਹੀ ਉੱਥੇ ਜਾਵਾਂਗੇ ਤੇ ਗਾਂਹ ਤੋਂ 1 ਰੁਪਿਆ ਨਹੀਂ ਦੇਣਾ ਉਹਨੂੰ ਅੱਗੇ ਤੇ ਵਿਸ਼ਵਾਸ ਕਰਕੇ ਵੇਖ ਲਿਆ ਮੈਂ ਗਾਂਹ ਨਹੀਂ ਵਿਸ਼ਵਾਸ ਕਰਨਾ ਕਿਸੇ 'ਤੇ ਵੀ ਲੱਗ ਗਈ ਸਮਝ ਤੇ ਨਾ ਮੈਨੂੰ ਵਾਰ ਵਾਰ ਕਹੀਂ ਜਾਣ ਵਾਲੋ ਉੱਥੇ